ਕਿਰਦਾਰ ਜੀ ਆਪ ਤਾਂ ਤੁਸੀਂ ਲੈਫਟੀਨੈਂਟ ਬਣ ਗਏ ਰਾਜਨੀਤੀ ਕਰਦੇ ਕਰਦੇ, ਔਰ ਸਾਡੇ ਬੱਚਿਆਂ ਨੇ ਤੁਸੀਂ ਅਗਨੀਵੀਰ ਬਣਾਤਾ। ਪਾਣੀ ਸਿੰਚਾਈ ਵਾਸਤੇ ਵੀ, ਲੇਕਿਨ ਇਹਨਾਂ ਨੇ ਕਦੀ ਇਦਾਂ ਦੀ ਆਵਾਜ਼ ਨਹੀਂ ਚੱਕੀ। ਇਹਦੇ ਨਾਲ ਨਾਲ ਆਪਦਾ ਆਈ, ਆਪਦਾ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਇਹਨਾਂ ਨੇ। ਰਾਸ਼ਟਰੀ ਆਪਦਾ ਨੇ ਕਿਆ ਘੋਸ਼ਿਤ ਕਰਵਾਉਣੀ, ਮਦਦ ਹੀ ਕੋਈ ਨਹੀਂ ਕੀਤੀ। ਫਿਰ ਉਹਦੇ ਨਾਲ ਨਾਲ ਜਿਸ ਵੇਲੇ ਇੱਕ ਪਾਸੇ ਦੂਜੇ ਪਾਸੇ ਸਾਡੇ ਮੁੱਖ ਮੰਤਰੀ, ਜਿਸ ਵੇਲੇ ਪ੍ਰਦੇਸ਼ ਦੇ ਜਿਹੜੇ ਛੋਟੇ ਛੋਟੇ ਬੱਚੇ ਆਪਣੀ ਗੁਰਦਾ ਲੈ ਕੇ ਮੁੱਖ ਮੰਤਰੀ ਕੋਲ ਪੁੱਜੇ, ਤਾਂ ਮੁੱਖ ਮੰਤਰੀ ਜੀ ਦੇ ਮਨ ਚ ਆਇਆ ਕਿ ਅਗਰ ਇੱਕ ਪਾਸਾ ਪ੍ਰਦੇਸ਼ ਦੇ ਬੱਚੇ ਜਿਹੜੇ ਆ ਉਹ ਗੁਲਕਾਂ ਦੇ ਪੈਸੇ ਵੀ ਮੈਨੂੰ ਜਿਹੜੇ ਇੱਕ ਇੱਕ ਦੋ ਦੋ ਰੁਪਏ ਕਰਕੇ ਜਮ੍ਹਾਂ ਹੁੰਦੇ ਉਹ ਵੀ ਦਿਆ ਦੇ, ਤਾਂ ਮੈਨੂੰ ਵੀ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ। ਔਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਿੰਨੀ ਜਮ੍ਹਾਂ ਪੂੰਜੀ ਸੀ 51 ਲੱਖ ਰੁਪਈਆ, ਉਹ ਪ੍ਰਦੇਸ਼ ਆਪਦਾ ਦੇ ਵਿੱਚ ਦਾਨ ਕਰ ਦਿੱਤੀ ਤਾਂ ਕਿ ਉਹਨਾਂ ਆਪਦਾ ਪ੍ਰਭਾਵਿਤ ਲੋਕਾਂ ਦੇ ਕੰਮ ਆ ਸਕੇ। ਕਿਰਦਾਰ ਜੀ ਆਪ ਤਾਂ ਤੁਸੀਂ ਲੈਫਟੀਨੈਂਟ ਬਣ ਗਏ ਰਾਜਨੀਤੀ ਕਰਦੇ ਕਰਦੇ, ਔਰ ਸਾਡੇ ਬੱਚਿਆਂ ਨੇ ਤੁਸੀਂ ਅਗਨੀਵੀਰ ਬਣਾ ਦਿੱਤਾ। 4 ਸਾਲ ਦੀ ਨੌਕਰੀ, ਨਾ ਕੋਈ ਪੈਨਸ਼ਨ, ਨਾ ਕੋਈ ਮੈਡੀਕਲ ਫੈਸਿਲਿਟੀ। ਜੇ ਕੀਤੀ ਉਗਰਵਾਦੀਆਂ ਨਾਲ ਮਰਦੇ ਲੜਦੇ ਲੜਦੇ ਮਰ ਵੀ ਗਏ ਤਾਂ ਸ਼ਹੀਦੀ ਦਾ ਦਰਜਾ ਵੀ ਉਹਨੂੰ ਪ੍ਰਾਪਤ ਹੋਣਾ। ਮੈਂ ਪੁੱਛਣਾ ਚਾਹੁੰਦਾ ਕਿ ਉਹ ਤੁਸੀਂ ਸਾਡੇ ਬੱਚਿਆਂ ਦੇ ਭਵਿੱਖ ਦੇ ਨਾਲ ਖੇਲਿਆ, ਔਰ ਜਿਸ ਵੇਲੇ ਕੇਂਦਰ ਦੀ ਸਰਕਾਰ ਇਹ ਯੋਜਨਾ ਲੈ ਕੇ ਆਈ ਉਸ ਵੇਲੇ ਤੁਸੀਂ ਵਿਰੋਧ ਨਹੀਂ ਕੀਤਾ, ਉਲਟਾ ਬੋਲਿਆ ਅਗਨੀਵੀਰ ਯੋਜਨਾ ਬਹੁਤ ਅੱਛੀ ਹੈ। ਮੈਂ ਪੁੱਛਣਾ ਚਾਹੁੰਦਾ ਕਿ ਕਿਆ ਤੁਸੀਂ ਆਪਣੇ ਮੁੰਡੇ ਨੂੰ ਅਗਨੀਵੀਰ ਬਣਾਓਗੇ? ਕਦੇ ਵੀ ਨਹੀਂ ਬਣਾਉਂਗੇ, ਮੈਂ ਵੀ ਨਹੀਂ ਬਣਾਉਂਗਾ, ਕਿਉਂਕਿ ਹਰ ਮਾਂ ਬਾਪ, ਤੁਸੀਂ ਵੀ ਨਹੀਂ ਬਣਾਉਂਗੇ ਕਿਉਂਕਿ ਹਰ ਮਾਂ ਬਾਪ ਇਹ ਚਾਹੁੰਦਾ ਕਿ ਅਸੀਂ ਚਾਹੇ ਮੁਸ਼ਕਲਾਂ ਜਿੰਨੀਆਂ ਮਰਜ਼ੀ ਚਾਹ ਲਈਆਂ, ਲੇਕਿਨ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਉਜਵਲ ਹੋਵੇ। ਅਗਨੀਵੀਰ ਬਣ ਕੇ 4 ਸਾਲ ਬਾਅਦ ਆਕਾ ਦੁਕਾਨਦਾਰੀ ਕਰੂਗਾ, ਕੋਈ ਦਿਹਾੜੀਆਂਦਾਰ ਕਰੂਗਾ, ਕਿਆ ਭਵਿੱਖ ਹੈ ਉਸ ਬੱਚੇ ਦਾ।